ਜੀ, ਸਾਡੇ ਮੋੜ ਸਬ ਡਿਵੀਜ਼ਨ ਦੇ ਵਿੱਚ ਕੁਝ ਦਿਨ ਪਹਿਲਾਂ ਇੱਕ ਫਿਰੌਤੀ ਦੀ ਰੈਂਸਮ ਕਾਲ ਆਈ ਸੀਗੀ, ਜਿਸ ਦੇ ਵਿੱਚ ਜਿਹੜਾ ਕਾਲਰ ਸੀਗਾ ਉਹ ਬਾਹਰ ਦਾ ਨੰਬਰ ਸੀਗਾ, ਅਤੇ ਉਸ ਤੋਂ ਬਾਅਦ ਕਈ ਬਾਹਰਲੇ ਨੰਬਰਾਂ ਤੋਂ ਉਸੇ ਵਿਅਕਤੀ ਨੂੰ ਕਈ ਦਿਨਾਂ ਤੱਕ ਕਾਲ ਆਉਂਦੀ ਰਹੀ, ਉਸੇ ਵਿਅਕਤੀ ਵੱਲੋਂ ਰੈਂਸਮ ਲਈ। ਪਹਿਲਾਂ 2 ਕਰੋੜ ਦੀ ਫਿਰੌਤੀ ਮੰਗੀ ਜਾ ਰਹੀ ਸੀਗੀ, ਫਿਰ ਘਟਾ ਕੇ 50 ਲੱਖ ਤੱਕ ਆ ਗਈ। ਅਸੀਂ ਇਮੀਡੀਏਟਲੀ ਪਰਚਾ ਦਰਜ ਕਰਕੇ ਸਾਡੀ ਟੀਮਾਂ ਨੇ ਤਫਤੀਸ਼ ਸ਼ੁਰੂ ਕੀਤੀ ਸੀਗੀ, ਜਿਸ ਦੇ ਵਿੱਚ ਸਾਡੇ SPD, ਸਾਡੇ DSPD, ਸਾਡੇ DSP ਮੌੜ ਔਰ ਬਾਕੀ CIA ਦੀ ਸਟਾਫ ਦੀ ਟੀਮਾਂ, ਇਹਨਾਂ ਨੇ ਮਿਲ ਕੇ ਬਹੁਤ ਅੱਛਾ ਕੰਮ ਕੀਤਾ ਅਤੇ ਫਾਈਨਲੀ ਜਿਹੜਾ ਸੀਗਾ ਇਸ ਕੇਸ ਨੂੰ ਕਰੈਕ ਕਰਤਾ। ਅਤੇ ਹੁਣ ਤੱਕ ਜਿਹੜੀ ਜਾਣਕਾਰੀ ਸਾਹਮਣੇ ਆਈ ਹੈ, ਜਿਹੜੇ ਵਿਅਕਤੀ ਅਸੀਂ ਫੜੇ, ਉਸ ਤੋਂ ਜਾਣਕਾਰੀ ਸਾਹਮਣੇ ਆਈ ਹੈ ਕਿ ਇੱਕ ਕੋਈ ਵਿਅਕਤੀ ਜਿਹੜਾ ਕਿ ਆਈਲੈਟਸ ਕਰਕੇ ਮੌੜ ਤੋਂ ਵਿਦੇਸ਼ ਦੇ ਵਿੱਚ ਚਲਾ ਗਿਆ ਸੀਗਾ, ਉੱਥੇ ਜਾ ਕੇ ਉਹਨੇ ਉਹਦੇ ਨਾਲ ਜਿਹੜੇ ਸਾਥੀ ਸੀਗੇ ਉਹਨਾਂ ਨੂੰ ਕਿਹਾ, ਉਹਨਾਂ ਨੇ ਪਲੈਨ ਬਣਾਇਆ ਕਿ ਅਸੀਂ ਜਿਹੜਾ ਹੈਗਾ ਇੱਕ ਮੌੜ ਦਾ ਵਿਅਕਤੀ ਹੈਗਾ। ਉਹਨੇ ਸਾਰੀ ਸਪੈਸੀਫਿਕ ਜਾਣਕਾਰੀ ਸ਼ੇਅਰ ਕੀਤੀ ਇਸ ਆਪਣੇ ਲੋਕਲ ਵਿਅਕਤੀ ਦੀ। ਫਿਰ ਉਸ ਜਾਣਕਾਰੀ ਨੂੰ ਹਾਸਿਲ ਕਰਨ ਤੋਂ ਬਾਅਦ ਇਸ ਵਿਅਕਤੀ ਨੇ ਬਾਹਰੋਂ ਕਾਲ ਕੀਤੀ, ਅਤੇ ਉਹਨੇ ਪਰਟੀਕੁਲਰ ਕਿਸੇ ਗੈਂਗ ਦਾ ਨਾਮ ਤਾਂ ਨਹੀਂ ਲਿਆ, ਲੇਕਿਨ ਗੈਂਗਸਟਰਾਂ ਦੇ ਅੰਦਾਜ਼ 'ਚ ਉਹਨੇ ਗੱਲ ਕੀਤੀ ਅਤੇ ਫਿਰੌਤੀ ਦੀ ਮੰਗ ਕੀਤੀ, ਅਤੇ ਕਾਫੀ ਉਹਨੂੰ ਡਿਟੇਲ ਦੱਸੀ ਕਿ ਤੂੰ ਫਲਾਣੀ ਥਾਂ 'ਤੇ ਰਹਿੰਦਾ, ਇਸ ਤਰੀਕੇ ਦਾ ਉਹ ਸਾਰਾ ਕੁਛ। ਅਤੇ ਫਿਰ ਜਦੋਂ ਅਸੀਂ ਇੱਕ ਓਪਰੇਸ਼ਨ, ਸੀਕਰੇਟ ਓਪਰੇਸ਼ਨ ਅਸੀਂ ਚਲਾਇਆ, ਜਿਸ ਦੇ ਵਿੱਚ ਟੈਕਨੀਕਲ ਇਨਪੁੱਟ ਲੈ ਕੇ ਆਪਣਾ ਇੰਟੈਲੀਜੈਂਸ ਨੂੰ, ਇੰਟੈਲੀਜੈਂਟ ਜਿਹੜੇ ਇਨਪੁੱਟ ਆਉਂਦੇ ਇੰਟੈਲੀਜੈਂਸ ਦੇ ਉਹ, ਅਤੇ ਸੀਕਰੇਟ ਸੋਰਸਿਸ ਨੂੰ ਲੈ ਕੇ ਫਿਰ ਅਸੀਂ ਜਿਹੜੇ ਹੈਗੇ ਇਸ ਵਿਅਕਤੀ ਦੇ 3 ਸਾਥੀਆਂ ਨੂੰ ਫੜਨ 'ਚ ਕਾਮਯਾਬ ਹੋ ਗਏ, ਜੋ ਕਿ ਇੱਥੇ ਪੰਜਾਬ ਦੇ ਵਿੱਚ ਰਹਿੰਦੇ। ਇਹਨਾਂ ਦੇ ਨਾਮ ਹੈਗੇ ਮਨਿੰਦਰ ਸਿੰਘ ਉਰਫ ਅਮਨ, ਇਹ ਰੈਜੀਡੈਂਟ ਆਫ SBS ਨਗਰ ਹੈ। ਮਨਪ੍ਰੀਤ ਸਿੰਘ ਉਰਫ ਮਨੀ, ਜੋ ਕਿ ਟੈਕਸੀ ਡਰਾਈਵਰ ਹੈ, ਇਹ ਵੀ ਸ਼ਹੀਦ ਭਗਤ ਸਿੰਘ ਨਗਰ ਦਾ ਰਹਿਣ ਵਾਲਾ ਹੈਗਾ। ਅਤੇ ਤੀਜਾ ਵਿਅਕਤੀ ਹੈਗਾ ਜਸਕਰਨ ਸਿੰਘ ਉਰਫ ਲਿਖਾਰੀ, ਜੋ ਕਿ ਹੁਸ਼ਿਆਰਪੁਰ ਦਾ ਰਹਿਣ ਵਾਲਾ ਹੈ। ਇਹਨਾਂ ਤਿੰਨਾਂ 'ਤੇ ਪਹਿਲਾਂ ਕੋਈ ਮੁਕੱਦਮਾ ਦਰਜ ਨਹੀਂ ਹੈ, ਲੇਕਿਨ ਅਸੀਂ ਇਸ ਗੱਲ ਨੂੰ ਹੁਣ ਤਫਤੀਸ਼ ਦੌਰਾਨ ਸਾਹਮਣੇ ਇਹਦੀ ਛਾਨਬੀਨ ਕਰਾਂਗੇ ਕਿ ਇਹਨਾਂ ਨੇ ਇਸ ਤਰੀਕੇ ਦੀ ਪਹਿਲਾਂ ਵੀ ਕਿਸੇ ਨਾਲ ਕੋਈ ਇਸ ਤਰੀਕੇ ਦੀ ਵਾਰਦਾਤ ਨੂੰ ਦੇ ਕੇ ਕੋਈ ਪੈਸੇ ਵਗੈਰਾ ਤਾਂ ਨਹੀਂ ਫੜੇ, ਉਹ ਤਫਤੀਸ਼ ਦੌਰਾਨ ਅਸੀਂ ਚੈੱਕ ਕਰਾਂਗੇ। ਸਰ, ਇੱਥੇ ਟੋਟਲ 5 ਬੰਦੇ ਅਸੀਂ ਜਿਹੜੇ ਹੈਗੇ ਸਾਡੇ ਸਾਹਮਣੇ ਆਏ ਹਾਂ। 2 ਜਿਹੜੇ ਬਾਹਰ ਬੈਠੇ, ਉਹਨਾਂ ਦੇ ਨਾਮ ਹੈਗੇ ਯੂਪੀ ਯੁਵਰਾਜ, ਉਹ ਮਲੇਰਕੋਟ ਦਾ ਰਹਿਣ ਵਾਲਾ ਹੈਗਾ, ਅਤੇ ਇੱਕ ਸਤਿੰਦਰ ਸ਼ਿੰਦੀ ਹੈਗਾ ਜਿਹੜਾ ਕਿ ਨਵਾਂਸ਼ਹਿਰ ਦਾ ਰਹਿਣ ਵਾਲਾ ਹੈਗਾ, ਜਿਹੜੇ ਵਿਅਕਤੀ ਬਾਹਰ ਬੈਠੇ। ਸਰ, ਇਹ ਕੰਮ ਕੀ ਕਰਦੇ ਸੀ, ਮੇਨ ਕੰਮ ਜਿਹੜਾ ਇਹਨਾਂ ਦਾ? ਇਹ ਮੇਨ ਤਾਂ ਹੁਣ ਦੇਖੋ, ਇੱਕ ਤਾਂ ਟੈਕਸੀ ਡਰਾਈਵਰ ਦਾ ਸਾਹਮਣੇ ਆਇਆ, 2 ਦਾ ਹੁਣ ਤੱਕ ਜਿਹੜੀ ਪ੍ਰਾਇਮਰੀ ਤਫਤੀਸ਼ ਹੈ ਉਹਦੇ ਅਕੋਰਡਿੰਗ ਤਾਂ ਇਹ ਵੀ ਖਾਸ ਕੰਮ ਨਹੀਂ ਕਰਦੇ। ਜਿਹੜੇ ਬਾਹਰ ਗਏ ਹੈ ਉਹਨਾਂ ਦਾ ਫਿਰ ਜਦੋਂ ਪਤਾ ਲੱਗੇਗਾ ਅੱਗੇ ਧੀਰੇ ਧੀਰੇ ਖੁਲਾਸਾ ਹੋਏਗਾ ਕੀ ਕਰਦੇ। ਸਰ, ਜੁਵੀ ਜੁਵਰਾਜ ਅਤੇ ਦੂਜਾ ਸ਼ਿੰਦੀ ਕਿੱਥੋਂ ਦੱਸੇ ਜੀ? ਸਤਿੰਦਰ ਸ਼ਿੰਦੀ ਇਹ ਨਵਾਂਸ਼ਹਿਰ ਦਾ ਰਹਿਣ ਵਾਲਾ ਹੈ, ਕਿ ਦੋਨੇ ਵਿਅਕਤੀ ਬਾਹਰ ਹੈ। ਸਰ, ਜਿਹੜਾ ਮਾਸਟਰ ਮਾਈਂਡ ਸੀਗਾ ਉਹ ਕੀ ਕੰਮ ਕਰਦਾ ਜੀ? ਮਾਸਟਰ ਮਾਈਂਡ ਜਿਹੜੀ ਹੁਣ ਤੱਕ ਦੀ ਤਫਤੀਸ਼ ਹੈ ਉਹਦੇ ਅਕੋਰਡਿੰਗ ਯੁਵੀ ਯੁਵਰਾਜ ਇਹ ਮਾਸਟਰ ਮਾਈਂਡ ਹੈਗਾ। ਇਹ ਜਿਹੜੀ ਸਾਡੀ ਜਾਣਕਾਰੀ ਹੈਗੀ ਉਹਦੇ ਅਕੋਰਡਿੰਗ ਇਹ ਆਈਲੈਟਸ ਕਰਕੇ ਬਾਹਰ ਗਿਆ ਸੀਗਾ, ਲੇਕਿਨ ਹੁਣ ਫਿਲਹਾਲ ਸ਼ਾਇਦ ਉੱਥੇ ਬੇਰੁਜ਼ਗਾਰ ਹੈ। ਇਸ ਤਰੀਕੇ ਦਾ ਕਿਸੇ ਦੀ ਸੇਫਟੀ ਨੂੰ ਕੰਪਰੋਮਾਈਜ਼ ਨਹੀਂ ਕਰਨਾ ਚਾਹੁੰਦੇ, ਅਤੇ ਨਾਲ ਹੀ ਅਸੀਂ ਜਿਹੜੇ ਇਸ ਤਰੀਕੇ ਦੇ ਕੋਈ ਬੱਚੇ ਬਾਹਰ ਗਏ ਹੈ, ਪੜ੍ਹਾਈ ਲਿਖਾਈ ਕਰ ਰਹੇ ਹੈ ਜਾਂ ਕੋਈ ਕੰਮ ਕਰਨ ਲਈ ਗਿਆ, ਉਹਨਾਂ ਨੂੰ ਵੀ ਅਸੀਂ ਤੁਹਾਡੇ ਮਾਧਿਅਮ ਰਾਹੀਂ ਵਾਰਨਿੰਗ ਦੇਣਾ ਚਾਹੁੰਦੇ ਹਾਂ ਕਿ ਇਸ ਤਰੀਕੇ ਦੀ ਕੋਈ ਵੀ ਗਤੀਵਿਧੀ ਨਾ ਕਰੋ ਕਿ ਤੁਹਾਡੇ ਪਰਿਵਾਰ 'ਤੇ, ਤੁਹਾਡੇ 'ਤੇ ਕੋਈ ਸੰਕਟ ਆਵੇ, ਕਿਉਂਕਿ ਜਿਹੜੇ ਵਿਅਕਤੀ ਫੜੇ ਗਏ ਇਹਨਾਂ ਵੀ ਰਿਸ਼ਤੇਦਾਰ ਹੀ ਹੈਗੇ ਜਿਹੜੇ ਵਿਅਕਤੀ ਬਾਹਰ ਬੈਠੇ ਹੈ। ਕੋਈ ਕਿਸੇ ਦਾ ਮਾਸੀ ਦਾ ਮੁੰਡਾ ਹੈ, ਕੋਈ ਦੋਸਤ ਹੈ ਜਿਨ੍ਹਾਂ ਨੂੰ ਇਹਨਾਂ ਨੇ ਇਸ ਤਰੀਕੇ ਨਾਲ ਇਨਵੋਲਵ ਕਰ ਲਿਆ, ਅਤੇ ਇਸ ਤਰੀਕੇ ਦੇ ਕੰਮ ਕਰਕੇ ਜਿਹੜਾ ਹੈਗਾ ਪੁਲਿਸ ਤੋਂ ਬਚਣਾ ਮੁਸ਼ਕਿਲ ਹੈ, ਲੇਕਿਨ ਅੱਗੇ ਜਿਹੜੀ ਲੀਗਲ ਪ੍ਰੋਬਲਮ ਹੈਗੀ ਹੈ, ਤੁਹਾਨੂੰ ਕਰਨ ਡਿਫੀਕਲਟੀ ਵੀ ਆਏਗੀ, ਅਤੇ ਬਾਹਰ ਜਾਣ 'ਚ ਵੀ, ਅਤੇ ਇੰਡੀਆ 'ਚ ਵੀ ਕੋਈ ਕੰਮ ਕਰਨ 'ਚ ਜੇ ਪਰਚਾ ਹੋ ਗਿਆ ਤਾਂ ਪ੍ਰੋਬਲਮ ਆਏਗੀ, ਜੋ ਇਹ ਕਿਸ ਤਰੀਕੇ ਦੀ ਜਿਹੜੀ ਫੇਕ ਚੀਜ਼ਾਂ ਹੈਗੀਆਂ ਉਹਨਾਂ ਨੂੰ ਅਵੋਇਡ ਕਰਨ। ਜੁਬੀ ਦੇ ਰਿਸ਼ਤੇਦਾਰ ਸਰ ਮਨਿੰਦਰ ਪੰਪਲੇ ਚਸਪੀ, ਇਹ ਜਿਹੜਾ ਇੱਕ ਵਿਅਕਤੀ ਇਹਨਾਂ 'ਚੋਂ ਹੈਗਾ, ਇਹ ਮਨਿੰਦਰ ਸਿੰਘ ਔਰ ਅਮਨ ਇਹ ਰਿਸ਼ਤੇਦਾਰ ਹੈਗਾ ਜੁਬੀ। ਸਰ, ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਜਾ ਰਹੀ ਹੈ ਇਹਨਾਂ 'ਤੇ? ਇਹਨਾਂ 'ਤੇ ਜੀ ਪਰਚਾ ਦਰਜ ਹੈਗਾ, ਜਿਹੜਾ ਰੈਲੀਵੈਂਟ ਸੈਕਸ਼ਨ ਆਫ IPC ਦੇ ਵਿੱਚ ਇਹਨਾਂ ਨੇ ਰੈਂਸਮ ਮੰਗੀ ਸੀਗੀ,
ਤਾਂ ਉਹਦੇ ਅਕੋਰਡਿੰਗ ਹੀ ਕਰਾਂਗੇ। ਸਰ ਮੋਸਟਲੀ ਜਦੋਂ ਕੋਈ ਫਰੋਤੀ ਦਾ ਫੋਨ ਹੁੰਦਾ ਡਰ ਜਾਂਦਾ ਵੀ ਇਹਦਾ ਦੱਸੋ ਨਹੀਂ ਤਾਂ ਨੁਕਸਾਨ ਕਰਦਾਂਗੇ, ਹਿੰਮਤ ਕੀਤੀ ਆ ਕੇ ਪੁਲਿਸ ਨੂੰ ਦੱਸਿਆ ਤਾਂ ਅਸੀਂ ਵੀ ਆਪਣਾ ਪੂਰਾ ਐਫਰਟ ਮਾਰ ਕੇ ਸਾਡੀ ਟੀਮ ਨੇ ਇਹਨੂੰ ਅਲਟੀਮੇਟਲੀ ਸੁਲਝਾਏ। ਕੰਮ ਨਾ ਮਿਲਣਾ, ਪਰੇਸ਼ਾਨ ਹੋਣਾ, ਇਹ ਤਾਂ ਕੋਈ ਜਿਹੜਾ ਹੈਗਾ ਇਸ ਤਰੀਕੇ ਦੇ ਕ੍ਰਾਈਮ ਕਰਨ ਦਾ ਬਹਾਨਾ ਨਹੀਂ ਹੋ ਸਕਦਾ। ਵਿਅਕਤੀ ਜੋ ਵੀ ਜਿੱਥੇ ਵੀ ਹੈਗਾ, ਪੰਜਾਬੀ ਪੂਰੀ ਦੁਨੀਆਂ 'ਚ ਗਏ ਹੋਏ ਆ, ਪੂਰੀ ਦੁਨੀਆਂ 'ਚ ਉਹਨਾਂ ਨੇ ਕੰਮ ਕਰਕੇ ਆਪਣੀ ਮਿਹਨਤ ਕਰਕੇ ਆਪਣਾ ਨਾਮ ਕਮਾਇਆ, ਅਤੇ ਮੈਨੂੰ ਲੱਗਦਾ ਇਸ ਤਰੀਕੇ ਦੀ ਕੋਈ ਐਕਸਕਿਊਜ਼ ਦਿੱਤੀ ਜਾ ਸਕਦੀ। ਮਤਲਬ ਸਰ ਜਿਹੜੇ ਇਹਦੇ ਵਿੱਚ ਮੁਲਜ਼ਮ ਹੈਗੇ ਆ ਉਹ ਬਾਹਰ ਦੇ ਨੇ, ਜਿਹੜਾ ਬਦਈ ਆ ਉਹ ਮੌੜੇ ਦੀ ਇਹਦੇ, ਬਾਕੀ ਸਾਰੇ